हाजी मोजर तो मोहतरम सारे शहर के सियासतदान मुखसर करनी है शहर के समाजी कारकुन मैं सब नीडिया गहराइया के नाल सलाम पेश कर रहा ਇੱਥੇ ਇੱਕ ਨੌਜਵਾਨ ਆਇਆ ਕਿਸ਼ਤੀ ਜਿਹਨੇ ਅੰਗਰੇਜ਼ੀ ਵਿੱਚ ਤਕਰੀਰ ਦਿੱਤੀ ਤੇ ਬੜਾ ਅੱਛਾ ਤਰਫੋ ਸੀ ਉਹਦਾ ਤੇ ਬਹੁਤ ਅੱਛੀ ਤਕਰੀਰ ਦਿੱਤੀ ਉਹਨੇ ਤੇ ਮੈਨੂੰ ਯਾਦ ਆਇਆ ਕਿ ਕਾਜ ਆਜਮ ਵੀ ਅਕਸਰ ਅੰਗਰੇਜ਼ੀ ਵਿੱਚ ਤਕਰੀਰ ਕਰਦੇ ਆ ਉਹਨਾਂ ਨੂੰ ਕਿਸੇ ਉਹਨਾਂ ਨੂੰ ਨਹੀਂ ਸੁਣਿਆ ਉਹਨਾਂ ਨੂੰ ਉਹਨਾਂ ਦੇ ਮੰਨਣ ਵਾਲੇ ਪੁੱਛਿਆ ਕਿ ਤੈਨੂੰ ਕਾਜ ਆਜਮ ਦੀ ਤਕਰੀਰ ਦਾ ਪਤਾ ਲੱਗਾ ਉਹਨੇ ਅੰਗਰੇਜ਼ੀ ਵਿੱਚ ਤਕਰੀਰ ਕੀਤੀ ਹੈ ਤੈਨੂੰ ਸਮਝ ਆਈ ਹੈ ਤੈਨੂੰ ਪਤਾ ਲੱਗਾ ਇਹ ਕੀ ਆਖਿਆ ਉਹਨੇ ਐਸਾ ਖੂਬਸੂਰਤ ਜਵਾਬ ਦਿੱਤਾ ਜਿਹਦੇ ਨਾਲ ਪਾਕਿਸਤਾਨ ਬਣ ਗਿਆ ਉਹਨੇ ਗੱਲ ਕਹੀ ਕਿ ਮੈਨੂੰ ਨਹੀਂ ਪਤਾ ਕੀ ਆਖਿਆ ਪਰ ਆਖਿਆ ਸੱਚ ਆਖਿਆ ਠੀਕ ਹੈ ਆਖਿਆ ਸਾਡੇ ਮਫਾਦ ਚ ਮੈਨੂੰ 40,000 ਆ ਗਈ ਕਿ ਹਜ਼ਰਤ ਅਬੂ ਬਕਰ ਸਦੀਕ ਨੂੰ ਕਿਸੇ ਨੇ ਪੁੱਛਿਆ ਕਿ ਤੁਹਾਡਾ ਸਜ਼ਾਈ ਸਜ਼ਾ ਮੈਂ ਉਹ ਆਂਦੇ ਮੈਂ ਮਹਾਸ਼ੀ ਤੇ ਗਿਆ ਜੇ ਉਹਨਾਂ ਬੜੇ ਸਰੀਰ ਦਾ ਪਹਿਲਾਂ ਬਣਿਆ ਸੀ ਉਦੋਂ ਪਾਕਿਸਤਾਨ ਦੀ ਨੀਂਹ ਰੱਖ ਦਿੱਤੀ ਗਈ ਇਹ ਗੱਲ ਬਿਲਕੁਲ ਸੱਚੀ ਹੈ ਔਰ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਹਿੰਦੁਸਤਾਨ ਦੇ ਅੰਦਰ ਜਿਹੜਾ ਪਹਿਲਾ ਮੁਸਲਮਾਨ ਬਣਿਆ ਸੀ ਉਹਦਾ ਨਾਂ ਸੀ ਰਤਨ ਹਿੰਦੀ ਉਹ ਆਪਣੇ ਕੋਠੇ ਦੇ ਉੱਤੇ ਲੰਮਾ ਪਿਆ ਸੀ ਤੇ ਉਹਨੇ ਕੀ ਮੰਦਰ ਦੇਖਿਆ ਕਿ ਚੰਦ ਦੇ ਦੋ ਟੁਕੜੇ ਹੁੰਦੇ ਨੇ ਚੰਦ ਦੇ ਦੋ ਟੁਕੜੇ ਹੋ ਗਏ ਤੇ ਥੋੜੇ ਪਾਸੇ ਮਿਲ ਵੀ ਗਏ ਉਹਨੂੰ ਬੜਾ ਤਜਸਸ ਹੋਇਆ ਕਿ ਕੀ ਹੈ ਪਤਾ ਲੱਗਾ ਕਿ ਮੁਹੰਮਦ ਸੱਲ੍ਹਾ ਸਾਹਿਬ ਮੱਕੇ 'ਚ ਪੈਦਾ ਹੋਏ ਨੇ ਉਹਨੇ ਆਪਣੀ ਕੌਮ ਨੂੰ ਇੱਕ ਨਿਸ਼ਾਨ ਵਿਖਾਇਆ ਚੰਦ ਦੇ ਦੋ ਟੁਕੜੇ ਕਰਨ ਦਾ ਇਹ ਨਿਸ਼ਾਨ ਸੀ ਉਹਨੂੰ ਬੜਾ ਤਜਸਸ ਹੋਇਆ ਉਹ ਮੱਕੇ ਗਿਆ ਮੱਕੇ ਜਾ ਕੇ ਹਜ਼ੂਰ ਦੇ ਚਰਨਾਂ 'ਚ ਪੈ ਗਏ ਕਿ ਕਲਮਾ ਪੜਿਆ ਪਾ ਕੇ ਸੋਹਣੇ ਦੇ ਮਾਰੇ ਰਤਨ ਹਿੰਦੀ ਤੈਨੂੰ ਘਰ ਦਿੱਤਾ ਉਹਨਾਂ ਕਹਿ ਮੈਨੂੰ ਉਹ ਸਰਦਾ ਨੇ ਘੱਲਿਆ ਤੇ ਮੈਂ ਆਪਣੀ ਅੱਖੀ ਘੱਲਿਆ ਉਹ ਮੋਹ ਜਾਵੇ ਗਿਆ ਹਜ਼ਰਤ ਮੋਹਤਮ ਸਰੀਰ ਦਾ ਪਹਿਲਾ ਮੁਸਲਮਾਨ ਸੀ ਹਿੰਦੁਸਤਾਨ ਦਾ ਸ਼ਹਿਰ ਬਠਿੰਡਾ ਮਸ਼ਰਕੀ ਪੰਜਾਬ ਦੇ ਵਿੱਚ ਉੱਥੇ ਦਾ ਬਕਾਇਆ ਮਜ਼ਾਰ ਹੈ ਤੇ ਲਾਇਬ੍ਰੇਰੀ ਦੇ ਵਿੱਚ ਕਿਤਾਬਾਂ ਵੀ ਹਿਸਟਰੀ ਦੀਆਂ ਇਹ ਵਾਕਿਆ ਵੀ ਉਹਦੇ ਵਿੱਚ ਦਰਜ ਹੈ ਪੇਸ਼ ਕੀਤਾ ਮੁਸਲਮ ਪਾਕਿਸਤਾਨ ਐਵੇਂ ਨਹੀਂ ਬਣ ਗਿਆ 5,000 ਬੰਦੇ ਦਾ ਕਾਫਲਾ ਅੰਬਾਲਾ ਗਿਆ ਮੁਸਲਮਾਨਾਂ ਦਾ ਪਾਕਿਸਤਾਨ ਜਾਣ ਵਾਸਤੇ ਤੇ ਬਾਬੇ ਦੇ ਉੱਤੇ ਬਾਘੇ ਬਾਬੇ ਦੇ 500 ਬੰਦਾ ਰਹਿ ਗਿਆ ਬਾਕੀ ਸਾਰੇ ਸ਼ਹੀਦ ਕਰਦੇ ਗਏ ਨਸਲਾਂ ਬਰਬਾਦ ਹੋ ਗਈਆਂ ਧੀਆਂ ਉਜੜ ਗਈਆਂ ਭੈਣਾਂ ਲਾਵਾਰਸ ਹੋ ਗਈਆਂ ਫਿਰ ਬਾਬਾ ਦੇ ਪਾਕਿਸਤਾਨ ਬਣਿਆ ਅਸਾਂ ਉਹਦੇ ਦੋ ਦੁਬੇ ਕਰ ਅੱਧਾ ਗੁਆ ਨਹੀਂ ਦਿੱਤਾ ਚਲੋ ਫਿਰ ਵੀ ਜਿਹੜਾ ਬਚਿਆ ਹੋਣੇ ਵੀ ਸਾਹਿਬ ਕਰੇਗੇ ਤੇ ਆਜ਼ਾਦੀ ਵੀ ਕਦੇ ਪੁੱਛਣੀ ਤੇ ਫਸਟ ਦੁਨੀਆ ਕੋਲੋਂ ਪੁੱਛੋ ਆਜ਼ਾਦੀ ਵੀ ਕਦੇ ਪੁੱਛਣੀ ਤੇ ਕਸ਼ਮੀਰ ਕੋਲੋਂ ਪੁੱਛੋ ਘਰ ਵੀ ਕਦੇ ਪੁੱਛੋ ਤੇ ਕਿਰਾਏਦਾਰ ਕੋਲ ਪੁੱਛੋ ਘਰ ਦਾ ਪੁੱਛਣੀ ਤੇ ਘਰ ਬੰਦੇ ਨੂੰ ਪੁੱਛੋ ਆਜ਼ਾਦੀ ਵਿਆਹ ਇਸ ਤਰ੍ਹਾਂ ਹਾਂ ਸ਼ੁਕਰ ਗਿਆ ਅੱਲਾ ਦੀ ਮਿਹਰਬਾਨੀ ਨਾਲ ਮੈਂ ਸਾਰਿਆਂ ਦੋਸਤਾਂ ਦਾ ਬੜਾ ਮੁਸ਼ਕਿਲ ਮੁਹੰਮਦ ਸਾਹਿਬ ਨੇ ਬੂਟਾ ਲਾਇਆ ਸੀ ਤਕਰੀਬਾਤ ਦਾ ਵੀ ਉਹਨੇ ਲਾਇਆ ਸੀ ਕਿੰਨੇ ਦਿਨ ਮਨਾਉਣਾ ਮੌਲਾਨਾ ਸਾਹਿਬ ਦਾ ਹੀ ਕੰਮ ਸੀ ਉਹਨੂੰ ਜਾਰੀ ਸਾਰੀ ਰੱਖਿਆ
ਮੈਂ ਆਪਣੀ ਗੁਫ਼ਤਗੂ ਨੂੰ ਮੁਕਤਸਰ ਕਰਨਾ ਅਤੇ ਕੋਸ਼ਿਸ਼ ਕਰਨਾ ਕਿ ਸਭ ਬੰਦੇ ਕਿ ਨਾਰਾ ਲਾਓ। ਲੇਕਿਨ ਮੇਰੀ ਆਦਤ ਹੈ ਕਿ ਮੈਂ ਗੁਜ਼ਾਰਿਸ਼ ਕਰਾਂ ਕਿ ਬੇਈਮਾਨ ਬੰਦਾ ਭੇਸ ਮਾਰ ਸਕੇ, ਮੇਰੇ ਨਾਰੇ ਦਾ ਜਵਾਬ ਨਾ ਦੇਵੇ। ਖੋਚੇ ਬੰਦਾ ਵੀ ਛੱਤੀ ਸਾਹਿਬ ਮੈਂ ਬੁੱਢਾ ਹੋਇਆ, ਖੋਚੇ ਬੰਦਾ ਵੀ ਚੁੱਪ ਕਰਾ ਦੇਵੇ। ਖੋਚੇ ਬੰਦਾ ਨਾ ਮਾਰੇ ਮਾਰੇ ਉਹ ਕਿਸ ਮਾਰੇ ਪਾਕਿਸਤਾਨ ਪਾਕਿਸਤਾਨ ਹਜ਼ਰਤ ਮੌਲਾਨਾ ਮੁਹੰਮਦ ਹੁਸੈਨ ਜ਼ਿੰਦਾਬਾਦ।